ਸਰਹੰਦ ਚੰਡੀਗੜ੍ਹ ਰੋਡ ਸ਼ਮਸ਼ੇਰ ਨਗਰ ਨੇੜੇ ਤਿੰਨ ਕਾਰਾਂ ਦੀ ਟੱਕਰ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਸਫਾਰੀ ਚਾਲਕ ਬਾਲ-ਬਾਲ ਬਚ ਗਿਆ। ਇਸ ਮੌਕੇ ਥਾਣਾ ਫਤਿਹਗੜ੍ਹ ਸਾਹਿਬ ਦੇ ASI ਗੁਲਜ਼ਾਰ ਰਾਮ ਨੇ ਦੱਸਿਆ ਕਿ ਸਵਿਫਟ ਕਾਰ ਚਾਲਕ ਰਣਧੀਰ ਸਿੰਘ, ਜੋ ਕਿ ਸਰਹੰਦ ਸਾਈਡ ਤੋਂ ਚੰਡੀਗੜ੍ਹ ਸਾਈਡ ਜਾ ਰਿਹਾ ਸੀ, ਜਦੋਂ ਉਹ ਸ਼ਮਸ਼ੇਰ ਨਗਰ ਚੌਂਕ ਨੇੜੇ ਪਹੁੰਚਿਆ ਤਾਂ ਉਸਨੇ ਅੱਗੇ ਆ ਰਹੀ ਸਫਾਰੀ ਕਾਰ ਵਿੱਚ ਟੱਕਰ ਮਾਰੀ। ਉਸ ਤੋਂ ਬਾਅਦ ਅੱਗੇ ਇੱਕ ਹੋਰ ETO ਕਾਰ ਵਿੱਚ ਟੱਕਰ ਮਾਰੀ। ਇਸ ਹਾਦਸੇ ਵਿੱਚ ETO ਕਾਰ ਚਾਲਕ ਮੋਹਨ ਤੇ ਪਿਛਲੀ ਸੀਟ ਤੇ ਸਾਬਕਾ MP ਜਗਮੀਤ ਸਿੰਘ ਬਰਾੜ ਬੈਠੇ ਸਨ, ਜੋ ਕਿਸੇ ਕੰਮ ਲਈ ਮੁਕਤਸਰ ਜਾ ਰਹੇ ਸਨ ਅਤੇ ਸਵਿਫਟ ਕਾਰ ਚਾਲਕ ਰਣਧੀਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੋਹਨ ਲਾਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰ ਚਾਲਕ ਰਣਧੀਰ ਸਿੰਘ ਦਾ ਮੁਲਾਜ਼ਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕੱਲ ਰਾਤ ਨੂੰ ਮੁੱਖ ਮੰਤਰੀ ਨੇ ਮੈਨੂੰ ਇਤਲਾਹ ਦਿੱਤੀ ਕਿ ਸਰ ਜਗਮੀਤ ਸਿੰਘ ਬਰਾੜ ਐਕਸ MP ਮੁਕਤਸਰ ਸਮੇਤ ਉਹਨਾਂ ਦਾ ਡਰਾਈਵਰ ਮੋਹਨ ਲਾਲ ਸਨ ਆਫ ਦੌਲਤ ਰਾਮ ਵਾਸੀ ਜੈਤੋ ਮਾਜਰੀ ਮੋਹਾਲੀ ਦਾ ਐਕਸੀਡੈਂਟ ਹੋ ਕੇ ਉਹ ਹਸਪਤਾਲ 'ਚ ਦਾਖਲ ਨੇ, ਕਾਰਵਾਈ ਕਰੋ। ਹਸਪਤਾਲ ਪਹੁੰਚ ਕੇ ਡਾਕਟਰ ਸਾਹਿਬ ਦੀ ਰਾਏ ਲੈ ਕੇ ਮੋਹਨ ਲਾਲ ਦਾ ਬਿਆਨ ਲਿਖ ਕੇ ਸਵਿਫਟ ਕਾਰ ਦੇ ਡਰਾਈਵਰ ਰਣਧੀਰ ਸਿੰਘ ਸਨ ਔਰ ਰਜਨ ਸਿੰਘ ਵਾਸੀ ਲੰਘੇੜੀਆਂ ਦੇ ਬਰਖਿਲਾਫ ਜੇ ਧਾਰਾ 179, 337, 427 IPC ਦੇ ਤਹਿਤ ਮੁਕੰਮਲ ਦਰਜ ਕਰਵਾਇਆ। ਕਾਂਸਟੇਬਲ ਮਨਜਿੰਦਰ ਸਿੰਘ ਨੂੰ ਭੇਜ ਅਤੇ ਹਾਦਸਾ ਇਸ ਤਰ੍ਹਾਂ ਹੋਇਆ ਕਿ ਜੋ ਸਵਿਫਟ ਕਾਰ ਦਾ ਡਰਾਈਵਰ ਸੀ ਉਹ ਥੋੜ੍ਹਾ ਨਸ਼ੇ ਦੀ ਹਾਲਤ ਵਿੱਚ ਮਤਲਬ ਸਰਹੰਦ ਵੱਲੋਂ ਲੰਘੇੜੀਆਂ ਵੱਲ ਜਾ ਰਿਹਾ ਸੀ। ਜਦੋਂ ਬਾਈਪਾਸ ਦੇ ਕੋਲ ਸੰਧੂ ਹੋਸਪਿਟਲ ਦੇ ਕੋਲ ਪਹੁੰਚਿਆ ਤਾਂ ਅੱਗੇ ਤੋਂ ਸਵਿਫਟ ਕਾਰ ਆ ਰਹੀ ਸਫਾਰੀ ਗੱਡੀ ਆ ਰਹੀ ਸੀ। ਪਹਿਲਾਂ ਸਫਾਰੀ ਗੱਡੀ 'ਚ ਗੱਡੀ ਮਾਰੀ ਇਸ ਨੇ, ਉਸ ਤੋਂ ਬਾਅਦ ਫਿਰ ਉਹਨੂੰ ਕ੍ਰੋਸ ਕਰਕੇ ਫਿਰ ਅੱਗੇ ਜਿਹੜੀ ਦੂਜੀ ਗੱਡੀ ਆ ਰਹੀ ਸੀ ETO ਬਰਾੜ ਸਾਹਿਬ ਦੀ ਗੱਡੀ ਆ ਰਹੀ ਸੀ, ਉਹਦੇ 'ਚ ਸਿੱਧੀ ਟੱਕਰ ਲੱਗੀ, ਜਿਹਦੇ ਨਾਲ ਬਰਾੜ ਸਾਹਿਬ ਦੇ ਵੀ ਸੱਟਾਂ ਲੱਗੀਆਂ, ਉਹਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਅਤੇ ਆਹ ਸਵਿਫਟ ਕਾਰ ਵਾਲੇ ਦੀ ਵੀ ਸੱਟਾਂ ਲੱਗੀਆਂ। ਪਰ ਜਿਹੜਾ ਸਫਾਰੀ ਗੱਡੀ ਦਾ ਡਰਾਈਵਰ ਸੀ ਕੁਲਵੰਤ ਸਿੰਘ ਉਹ ਵਾਲ ਸੱਟ ਲੱਗਣ ਤੋਂ ਬਚ ਗਿਆ ਅਤੇ ਇਹ ਸਾਰੀ ਕਾਰਵਾਈ ਕੀਤੀ। ਫਿਰ ਮੌਕੇ 'ਤੇ ਪਰਚਾ ਦਰਜ ਕਰਕੇ ਮੌਕੇ 'ਤੇ ਜਾ ਕੇ ਨਕਸ਼ਾ ਬਣਾ ਕੇ ਸਾਰਾ ਗੱਡੀਆਂ ਸਰਕਾਰੀ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਜਿਹੜਾ ਡਰਾਈਵਰ ਸੀ ਆਪਣਾ ਸਵਿਫਟ ਕਾਰ ਦਾ ਉਹਦਾ ਮੁਲਾਜ਼ਾ ਵੀ ਕਰਵਾਇਆ ਅਤੇ ਉੱਥੇ ਉਹਦੇ ਸੱਟਾਂ ਲੱਗੀਆਂ ਹੋਈਆਂ ਸੀ, ਡਾਕਟਰ ਸਾਹਿਬ ਨੇ ਉਹਨੂੰ ਉੱਥੇ ਹੀ ਦਾਖਲ ਕਰ ਲਿਆ। ਥੋੜ੍ਹਾ ਦਹੀਂ ਕੀਤੀ ਆ ਜੀ, ਕਿ ਸੈਂਪਲ ਵੀ ਲਿਆ ਅਤੇ ਉਹ ਸੈਂਪਲ ਭੇਜਿਆ ਕੈਮੀਕਲ ਲੈਬੋਰਟਰੀ ਨੂੰ, ਜੋ ਵੀ ਉੱਥੇ ਨਤੀਜਾ ਆਊਗਾ ਉਹਦੇ ਮੁਤਾਬਕ ਬਾਕੀ ਜੋ ਬਣਦੀ ਕਾਰਵਾਈ ਉਹ ਕਰ ਰਹੇ ਹਾਂ, ਹਾਲੇ ਉਹ ਇਲਾਜ ਦੇ ਅਧੀਨ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਮੇਰੀ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।